मामला पंजाब दे मोहाली दा है। 15 सालां दी नाबालिग कुड़ी नूं बदमाशां ने अगवा कर लिया सी। कुड़ी दी मां ने हाई कोर्ट विच अर्जी पाई, जिस तों बाद कोर्ट दे हुक्मां ते पुलिस ने पीड़त नूं सिरसा तों रिहा कराया। बाद विच पता लग्या कि कुड़ी गर्भवती अते उस दे कुख विच 12 हफ्तां तों वध दा बच्चा पल रिहा है। अर्जी ते फैसला सुणांदिया कोर्ट ने रेप पीड़त नाबालिग ते गर्भपाती मंजूरी दिंदिया कहा, गर्भ अवस्था नाबालिग दे जख्मी शरीर अते आत्मा दा सबूत है। ਇਹ ਭਰੂਣ ਪੀੜਤਾ ਦੇ ਸਰੀਰ ਅਤੇ ਆਤਮਾ ਤੇ ਕੀਤੇ ਗਏ ਕਰੂਰ ਜੁਰਮ ਦਾ ਪ੍ਰਮਾਣ ਹੈ ਅਤੇ ਬੱਚਾ ਪੀੜਤਾ ਨੂੰ ਹਮੇਸ਼ਾ ਇਸ ਦਰਦ ਦੀ ਯਾਦ ਦਿਵਾਏਗਾ। ਇਸ ਦੇ ਨਾਲ ਪੀੜਤਾ ਦੇ ਭਵਿੱਖ ਤੇ ਮਾੜਾ ਅਸਰ ਪਵੇਗਾ। ਹਾਈਕੋਰਟ ਨੇ ਮੋਹਾਲੀ ਦੇ ਹਸਪਤਾਲ ਵਿੱਚ ਪੀੜਤ ਕੁੜੀ ਦੇ ਗਰਭਪਾਤ ਦੀ ਇਜਾਜ਼ਤ ਦਿੰਦਿਆਂ ਇਹ ਵੀ ਕਿਹਾ ਕਿ ਜੇਕਰ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਚੰਗੀਆਂ ਯਾਦਾਂ ਨੂੰ ਨਹੀਂ ਸਗੋਂ ਉਸ ਹਮਲੇ ਅਤੇ ਦਰਦ ਦੀ ਯਾਦ ਦਿਵਾਏਗਾ ਜਿਸ ਤੋਂ ਪੀੜਤਾ ਨੂੰ ਲੰਘਣਾ ਪਿਆ। ਕੋਰਟ ਨੇ ਕਿਹਾ ਕਿ ਕਿਸੇ ਵੀ ਹਾਲਾਤ ਵਿੱਚ ਮਾਂ ਅਤੇ ਬੱਚੇ ਨੂੰ ਪੂਰੀ ਜ਼ਿੰਦਗੀ ਸਮਾਜਿਕ ਕਲੰਕ ਅਤੇ ਸਜ਼ਾ ਭੁਗਤਣੀ ਹੋਵੇਗੀ। ਇਹ ਮਾਂ ਅਤੇ ਬੱਚੇ ਦੋਹਾਂ ਚੋਂ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ। ਕੋਰਟ ਨੇ ਇਹ ਵੀ ਕਿਹਾ ਕਿ ਪੀੜਤਾ ਅਜੇ ਵੀ ਨਾਬਾਲਿਗ ਹੈ ਅਤੇ ਆਪਣੇ ਪਰਿਵਾਰ ਤੇ ਨਿਰਭਰ ਹੈ। ਉਸ ਨੂੰ ਹਜੇ ਆਪਣੀ ਸਿੱਖਿਆ ਮੁਕੰਮਲ ਕਰਨੀ ਹੈ ਅਤੇ ਜ਼ਿੰਦਗੀ ਵਿੱਚ ਆਪਣੇ ਟੀਚੇ ਹਾਸਿਲ ਕਰਨੇ ਨੇ। ਸੋ ਗਰਭ ਅਵਸਥਾ ਨੂੰ ਖਤਮ ਕਰਨ ਦੀ ਇਜਾਜ਼ਤ ਦੇਣਾ ਜ਼ਿਆਦਾ ਸਹੀ ਲੱਗਦਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। मामला पंजाब दे मोहाली दा है। 15 सालां दी नाबालिग कुड़ी नूं बदमाशां ने अगवा कर लिया सी। कुड़ी दी मां ने हाई कोर्ट विच अर्जी पाई, जिस तों बाद कोर्ट दे हुक्मां ते पुलिस ने पीड़त नूं सिरसा तों रिहा कराया। बाद विच पता लग्या कि कुड़ी गर्भवती अते उस दे कुख विच 12 हफ्तां तों वध दा बच्चा पल रिहा है। अर्जी ते फैसला सुणांदिया कोर्ट ने रेप पीड़त नाबालिग ते गर्भपाती मंजूरी दिंदिया कहा, गर्भ अवस्था नाबालिग दे जख्मी शरीर अते आत्मा दा सबूत है। ਇਹ ਭਰੂਣ ਪੀੜਤਾ ਦੇ ਸਰੀਰ ਅਤੇ ਆਤਮਾ ਤੇ ਕੀਤੇ ਗਏ ਕਰੂਰ ਜੁਰਮ ਦਾ ਪ੍ਰਮਾਣ ਹੈ ਅਤੇ ਬੱਚਾ ਪੀੜਤਾ ਨੂੰ ਹਮੇਸ਼ਾ ਇਸ ਦਰਦ ਦੀ ਯਾਦ ਦਿਵਾਏਗਾ। ਇਸ ਦੇ ਨਾਲ ਪੀੜਤਾ ਦੇ ਭਵਿੱਖ ਤੇ ਮਾੜਾ ਅਸਰ ਪਵੇਗਾ। ਹਾਈਕੋਰਟ ਨੇ ਮੋਹਾਲੀ ਦੇ ਹਸਪਤਾਲ ਵਿੱਚ ਪੀੜਤ ਕੁੜੀ ਦੇ ਗਰਭਪਾਤ ਦੀ ਇਜਾਜ਼ਤ ਦਿੰਦਿਆਂ ਇਹ ਵੀ ਕਿਹਾ ਕਿ ਜੇਕਰ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਚੰਗੀਆਂ ਯਾਦਾਂ ਨੂੰ ਨਹੀਂ ਸਗੋਂ ਉਸ ਹਮਲੇ ਅਤੇ ਦਰਦ ਦੀ ਯਾਦ ਦਿਵਾਏਗਾ ਜਿਸ ਤੋਂ ਪੀੜਤਾ ਨੂੰ ਲੰਘਣਾ ਪਿਆ। ਕੋਰਟ ਨੇ ਕਿਹਾ ਕਿ ਕਿਸੇ ਵੀ ਹਾਲਾਤ ਵਿੱਚ ਮਾਂ ਅਤੇ ਬੱਚੇ ਨੂੰ ਪੂਰੀ ਜ਼ਿੰਦਗੀ ਸਮਾਜਿਕ ਕਲੰਕ ਅਤੇ ਸਜ਼ਾ ਭੁਗਤਣੀ ਹੋਵੇਗੀ। ਇਹ ਮਾਂ ਅਤੇ ਬੱਚੇ ਦੋਹਾਂ ਚੋਂ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ। ਕੋਰਟ ਨੇ ਇਹ ਵੀ ਕਿਹਾ ਕਿ ਪੀੜਤਾ ਅਜੇ ਵੀ ਨਾਬਾਲਿਗ ਹੈ ਅਤੇ ਆਪਣੇ ਪਰਿਵਾਰ ਤੇ ਨਿਰਭਰ ਹੈ। ਉਸ ਨੂੰ ਹਜੇ ਆਪਣੀ ਸਿੱਖਿਆ ਮੁਕੰਮਲ ਕਰਨੀ ਹੈ ਅਤੇ ਜ਼ਿੰਦਗੀ ਵਿੱਚ ਆਪਣੇ ਟੀਚੇ ਹਾਸਿਲ ਕਰਨੇ ਨੇ। ਸੋ ਗਰਭ ਅਵਸਥਾ ਨੂੰ ਖਤਮ ਕਰਨ ਦੀ ਇਜਾਜ਼ਤ ਦੇਣਾ ਜ਼ਿਆਦਾ ਸਹੀ ਲੱਗਦਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।